ਹੁਣ ਮੈਂ ਤੁਹਾਨੂੰ ਕਿਵੇਂ ਚੀਰ ਕੇ ਦਿਖਾਵਾਂ ਮੇਰੇ ਮੇਰੀ ਤਾਂ ਜਾੜੀ ਪਟਤੀ ਹੈ ਮੇਰੇ ਕੋਲੇ ਬਚਿਆ ਕੀ ਹੈ ਬਸ ਆਪਣਾ ਕਸੂਰ ਇੰਨਾ ਹੀ ਸੀ ਵੀ ਸਧਾਰਨ ਪਰਿਵਾਰ ਚ ਉੱਠ ਕੇ ਬੱਚੇ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਹੁਣ ਸਾਰੇ ਰੋਂਦੇ ਆ ਕਿ ਸਿੱਧੂ ਮੂਸੇਵਾਲਾ ਉਹਦੀਆਂ ਪੁਰਾਣੀਆਂ ਵੀਡੀਓ ਕੱਢ ਕੱਢ ਕੇ ਪਾ ਰਹੇ ਆ ਜੇ ਪਹਿਲਾਂ ਹੀ ਇਹ ਸਪੋਰਟ ਤੁਸੀਂ ਬਾਈ ਨੂੰ ਕੀਤਾ ਹੁੰਦਾ ਤੇ ਉਹਦੇ ਕੋਲੇ ਸਿਕਿਉਰਿਟੀ ਹੁੰਦੀ ਤੇ ਅੱਜ ਉਹ ਆਪਾਂ ਨੂੰ ਛੱਡ ਕੇ ਕਿਤੇ ਨਾ ਜਾਂਦਾ ਨਾ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਇਕਲੌਤਾ ਇਕੱਲਾ ਖੈਰਾ ਮੁੰਡਾ ਕੁਛ ਨਹੀਂ ਰਿਹਾ ਉਹਨਾਂ ਮਾਪਿਆਂ ਦਾ ਟੁੱਟ ਗਏ ਉਹ ਬਿਖਰ ਗਏ ਘਰ ਬਰਬਾਦ ਹੋ ਗਿਆ ਉਹਨਾਂ ਦਾ ਤਰਸ ਨਾ ਆਇਆ ਇਹਨਾਂ ਜ਼ਾਲਮਾਂ ਨੂੰ ਤਰਸ ਨਾ ਆਇਆ ਇਹਨਾਂ ਜ਼ਾਲਮਾਂ ਨੂੰ ਇੱਕ ਇੱਕ ਦਾ ਬੰਦਾ ਸਿੱਧੂ ਮੂਸੇਵਾਲੇ ਨੂੰ ਖੂਨ ਦੇ ਹੰਝੂ ਵਹਾ ਰਿਹਾ ਖੂਨ ਦੇ ਹੰਝੂ ਵਹਾ ਰਿਹਾ ਇਹ ਨਹੀਂ ਕਿ ਉਹ ਇੱਕ ਸਿੰਗਰ ਸੀ ਇਸ ਕਰਕੇ ਕਿ ਉਹ ਇੱਕ ਇਕੱਲਾ ਖਹਿਰਾ ਇਕਲੌਤਾ ਮਾਪਿਆਂ ਦਾ ਪੁੱਤਰ ਸੀ ਇੰਨਾ ਦੁੱਖ ਇੰਨਾ ਦੁੱਖ ਇੰਨਾ ਦੁੱਖ ਕਿਸੇ ਨੂੰ ਮੈਂ ਬਿਆਨ ਵੇਖਿਆ ਨਹੀਂ ਅੱਜ ਤੱਕ ਜਿਹੜਾ ਉਹਦੇ ਮਾਪੇ ਚੀਰ ਰਹੇ ਅੱਜ ਵਿਚਾਰੇ ਉਹਦੇ ਮਾਪੇ ਚੀਰ ਰਹੇ ਅੱਜ ਸੱਚੀ ਇੰਨਾ ਦੁੱਖ ਹੋਇਆ ਸਾਰਾ ਇੰਨਾ ਨਹੀਂ ਦੱਸ ਸਕਦੇ ਨਹੀਂ ਸਧਾਰਨ ਪਰਿਵਾਰ ਚ ਉੱਠ ਕੇ ਬੱਚੇ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਵੀ ਉਹ ਲੋਕਾਂ ਦੀਆਂ ਲੋਕ ਨਹੀਂ ਕਹਿ ਸਕਦਾ ਮੈਂ ਵੀ ਥੋੜ੍ਹੇ ਜਿਹੜੇ ਉਹ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਉਹਦੇ ਕੈਰੀਅਰ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਉਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ ਹੌਲੀ 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 ਹੁਣ ਜੇ ਤਾਂ ਆਪਣੇ 'ਚ ਕੋਈ ਨੁਕਸ ਹੁੰਦਾ ਆਪਾਂ ਪੁਲਿਸ ਲਈ ਜਵਾਬਦੇ ਹਾਂ ਆਪਾਂ ਪ੍ਰਸ਼ਾਸਨ ਲਈ ਜਵਾਬਦੇ ਹਾਂ ਕੋਈ ਬੰਦਾ ਜੇ ਕਿਤੇ ਗਲਤੀ ਲੱਗ ਜਾਵੇ ਮੇਰੇ ਖਿਲਾਫ਼ ਕੰਪਲੇਂਟ ਹੋਵੇ ਮੈਂ ਜਾ ਕੇ ਆਪਣਾ ਜਵਾਬ ਦੇਵਾਂ ਉੱਥੇ ਹੁਣ ਜਿਹੜੀ ਪੈਰਲਲ ਸਰਕਾਰ ਗੈਂਗਸਟਰ ਚਲਾ ਰਹੇ ਨੇ ਔਰ ਉਹਨਾਂ ਕੋਲੇ ਜਾ ਕੇ ਕੋਈ ਆਪਣੀਆਂ ਕੀ ਚੁਗਲੀਆਂ ਕਰੀ ਜਾਂਦਾ ਹੈ ਉਹਨਾਂ ਕੋਲੇ ਪੱਖ ਕਿਹਦੇ ਕੋਲੇ ਰੱਖੀ ਇਹ ਕਿਹੜਾ ਇੱਕ ਹੈ ਇੱਕ ਕੋਲੇ ਜਾ ਕੇ ਗੋਡੇ ਰਗੜ ਲਾਂਗੇ ਫਿਰ ਦੂਜਾ ਬੰਦੂਕ ਲੈ ਕੇ ਆਜੂ ਜੇ ਦੂਜੇ ਕੋਲੇ ਵਗ ਜਾਂਗੇ ਫਿਰ ਤੀਜਾ ਆਜੂ ਕਿੰਨੇ ਗਰੁੱਪ ਹੈ ਕੀ ਕੁਛ ਚੱਲੀ ਜਾਂਦਾ ਹੈ ਇਹ ਭਰਾ ਮਾਰੂ ਜੰਗ ਹੈ ਭਰਾਵੋ ਦੇਖੋ ਨਾ ਕੋਈ ਲੀਡਰ ਮਰੇ ਨਾ ਕੋਈ ਗੈਂਗਸਟਰ ਮਰੇ ਮਰਦੇ ਕਿਹਦੇ ਸਾਡੇ ਆਮ ਘਰਾਂ ਦੇ ਜਵਾਬ ਅਸੀਂ ਅੱਜ ਹੁਣ ਕੱਲ੍ਹ ਨੂੰ ਕਹਿ ਦੂਗਾ ਕਿਸੇ ਨੂੰ ਮਾਰ ਕੇ ਕੋਈ ਅਸੀਂ ਸਿੱਧੂ ਦਾ ਬਦਲਾ ਲੈ ਲਿਆ ਫਿਰ ਕੱਲ੍ਹ ਨੂੰ ਉਹਨੂੰ ਅੱਜ ਮਿੱਡੂ ਖੇੜੇ ਦਾ ਬਦਲਾ ਲੈ ਲਿਆ ਕੱਲ੍ਹ ਨੂੰ ਖੇੜਾ ਹੋਰ ਲੈ ਲੈਣਗੇ ਭਾਈ ਤੁਸੀਂ ਆਸ 'ਚ ਬਦਲੇ ਕਿਉਂ ਨਹੀਂ ਲੈਂਦੇ ਸਾਡੇ ਘਰ ਕਿਉਂ ਪੜਦੇ ਹੋ ਘਰ ਬਰਬਾਦ ਹੋ ਗਿਆ ਉਹਨਾਂ ਦਾ ਤਰਸ ਨਾ ਆਇਆ ਇਹਨਾਂ ਜ਼ਾਲਮਾਂ ਨੂੰ ਤਰਸ ਨਾ ਆਇਆ ਇਹਨਾਂ ਜ਼ਾਲਮਾਂ ਨੂੰ ਯਕੀਨ ਮੰਨਿਓ ਮੈਂ ਆਪਦੀ ਜ਼ਿੰਦਗੀ ਲੇਬਰ ਕਰਕੇ ਸਟਾਰਟ ਕਰੀ ਹੈ ਸਕੂਲ ਟਾਈਮ ਦੇ ਵਿੱਚ ਮੈਨੂੰ ਕਦੇ 25 ਰੁਪਈਆ ਫੀਸ ਨਹੀਂ ਮਿਲੀ ਸ਼ੁੱਕਰਵਾਰ ਤੱਕ ਸਕੂਲ ਜਾਂਦਾ ਸ਼ਨੀਵਾਰ ਐਤਵਾਰ ਨੂੰ ਫੈਕਟਰੀ 'ਚ ਬੱਠਲ ਢਾਉਂਦਾ ਯਾਰ ਉਹ ਤਾਂ ਕਿਸੇ ਨੇ ਵੇਖਿਆ ਨਹੀਂ ਅੱਜ ਸਿੱਧੂ ਦੀ ਚੜ੍ਹਾਈ ਵੇਖ ਲਈ ਅੱਜ ਉਹਨੂੰ ਮਾਰਨ ਤੁਰਦੇ ਔਰ 50-60 ਬੰਦੇ ਉਹਨੂੰ ਮਾਰਨ 'ਤੇ ਲੱਗਿਆ ਸਾਡੇ ਗੱਲ ਚਿੱਤ ਚੇਤੇ ਵੀ ਜੇ ਮੈਨੂੰ ਇੰਨਾ ਗਿਆਨ ਹੁੰਦਾ ਵੀ ਇਹਨੂੰ ਇੰਨੇ ਲੋਕ ਮਾਰਨ ਵਾਲੇ ਫਿਰਦੇ ਨੇ ਮੈਂ ਕੀ ਵੋਟਾਂ 'ਚੋਂ ਲੈਣਾ ਸੀ ਮੈਂ ਕੀ ਉਹਦੇ 'ਚੋਂ ਵੋਟਾਂ ਦੇ ਵਿੱਚ ਵੀ ਆਪਣੇ 'ਤੇ 8 ਵਾਰ ਹਮਲਾ ਹੋਇਆ 8 ਵਾਰ ਹੱਥ ਮਲਾ ਕੇ ਖੁੱਟ ਗਏ ਪਰ ਸਿਕਿਉਰਿਟੀ ਨੇੜੇ ਹੋਣ ਕਰਕੇ ਮੈਨੂੰ ਯਾਰੀ ਬੰਦਾ ਸਿੱਧੂ ਮੂਸੇਵਾਲੇ ਨੂੰ ਖੂਨ ਦੇ ਹੰਝੂ ਵਹਾ ਰਿਹਾ ਖੂਨ ਦੇ ਹੰਝੂ ਵਹਾ ਰਿਹਾ ਇਹ ਨਹੀਂ ਕਿ ਉਹ ਇੱਕ ਸਿੰਗਰ ਸੀ ਇਸ ਕਰਕੇ ਕਿ ਉਹ ਇੱਕ ਇਕੱਲਾ ਖਹਿਰਾ ਇਕਲੌਤਾ ਮਾਪਿਆਂ ਦਾ ਪੁੱਤਰ ਸੀ ਇੰਨਾ ਦੁੱਖ ਇੰਨਾ ਦੁੱਖ ਇੰਨਾ ਦੁੱਖ ਕਿਸੇ ਨੂੰ ਮੈਂ ਬਿਆਨ ਵੇਖਿਆ ਨਹੀਂ ਅੱਜ ਤੱਕ ਜਿਹੜਾ ਉਹਦੇ ਮਾਪੇ ਚੀਰ ਰਹੇ ਅੱਜ ਵਿਚਾਰੇ ਉਹਦੇ ਮਾਪੇ ਚੀਰ ਰਹੇ ਅੱਜ ਸੱਚੀ ਇੰਨਾ ਦੁੱਖ ਹੋਇਆ ਸਾਰਿਆਂ ਨੂੰ ਇੰਨਾ ਦੁੱਖ ਨਹੀਂ ਦੱਸ ਸਕਦੇ ਮੈਨੂੰ ਬੜਿੰਗ ਸਾਹਿਬ ਕਹਿੰਦੇ ਕਿਵੇਂ ਲੱਗਦਾ ਇਲੈਕਸ਼ਨ ਦਾ ਮੈਂ ਕਿਹਾ ਮੈਨੂੰ ਜਿੱਤ ਤੋਂ ਨਹੀਂ ਮੈਨੂੰ ਹਾਰ ਤੋਂ ਨਹੀਂ ਮੈਨੂੰ ਐਂ ਲੱਗਦਾ ਜੇ ਮੇਰਾ ਜਵਾਕ ਘਰੇ ਅਜੇ ਤਾਂ ਚੱਲੇ ਚਲੋ ਮਾਲਕ ਦੀ ਕਿਰਪਾ ਰਹੀ ਆਪਾਂ ਪਤਾ ਲੱਗਦਾ ਰਿਹਾ ਆਪਾਂ ਉਹ 'ਚ ਬਚ ਗਏ ਪਰ ਉਹਨਾਂ ਨੇ ਮੇਰਾ ਖਿਹੜਾ ਫਿਰ ਵੀ ਨਹੀਂ ਛੱਡਿਆ ਰਹਿੰਦੀ ਖੁੰਹਦੀ ਕਸਰ ਸਰਕਾਰ ਨੇ ਕਰਤੀ ਭਰਾਓ ਸਿਕਿਉਰਿਟੀ ਵੀ ਵਾਪਸ ਲੈ ਲਈ ਔਰ ਨਾਲ ਦੀ ਨਾਲ ਖਬਰ ਵੀ ਪ੍ਰਸਾਰਿਤ ਕਰਤੀ ਮੂਸੇਵਾਲੀ ਦੇ ਡੇਰਾ ਸਵਾਮੀ ਦੀ ਸਿਕਿਉਰਿਟੀ ਵਾਪਸ ਲੈ ਲਈ ਜਦਕਿ ਸਿਕਿਉਰਿਟੀ ਵਾਪਸ ਨਹੀਂ ਲਈ ਸੀ ਸਿਕਿਉਰਿਟੀ ਘੱਟ ਕੀਤੀ ਸਭ ਦੇ ਗਨਮੈਨ ਵਾਪਸ ਮੰਗਾਏ ਦੋ ਮੰਗਾ ਲਏ ਜਿੱਥੇ 4 ਸੀ 2 ਮੰਗਾ ਲਏ ਪਰ ਮੇਰੇ ਬਾਈ ਨੇ ਮੰਗਾ ਲਏ ਉਹ ਆਹ ਜਿਹੜੇ ਮੁੰਡੇ ਖੜ੍ਹੇ ਆ ਇਹਨਾਂ 'ਤੇ ਭਰੋਸਾ ਕਰਦਾ ਸੀ
ਇਹਨਾਂ ਨੂੰ ਹੀ ਬਾਈ ਨੇ ਵਾਪਸ ਕਰ ਲਿਆ। ਕਿਸੇ ਦੀ ਸਿਕਿਉਰਿਟੀ ਬਾਈ ਨੇ ਵਾਪਸ ਨਹੀਂ ਹੋਈ, ਸਾਡੀ ਹੋਈ ਗੱਡੀ। ਮੈਂ ਗੱਡੀ ਪਿੱਛੇ ਲਾਉਂਦਾ ਸੀ, ਬਦਕਿਸਮਤੀ ਨਾਲ ਮੇਰੀ ਗੱਡੀ ਦਾ ਮਗਰਲਾ ਟਾਇਰ ਪੈਂਚਰ ਹੋ ਗਿਆ। ਮੈਂ 5-4 ਮਿੰਟ ਅੱਗੇ, ਮੈਨੂੰ ਕਹਿੰਦਾ ਬਸ ਬਸ ਸਰ ਗਿਆ, ਇਹਨੂੰ ਅੰਦਰ ਲਾ ਦੇ ਬਾਪੂ, ਅੰਦਰ ਲਾ ਦੇ। ਮੈਂ ਅੰਦਰ ਲਾਉਣ ਲੱਗ ਗਿਆ, ਉਹਨੇ ਗੱਡੀ ਦਾ ਗੇਅਰ ਲਾ ਤਾ। 8 ਮਿੰਟਾਂ ਬਾਅਦ ਫੋਨ ਆ ਗਿਆ ਵੀ ਫਾਇਰਿੰਗ ਹੋ ਗਈ। ਸੋ ਇਹ ਤਾਂ ਦੁੱਖ ਦੀਆਂ ਗੱਲਾਂ ਭਰਾਵੋ, ਸਾਰਾ ਦਿਨ ਕਰੀ ਜਾਈਏ ਮੁੱਕਣੀਆਂ ਨਹੀਂ। ਜਿੰਨੀ ਯੋਗਾ ਹਾਂ, ਜਿੰਨੀ ਕੁ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਤੁਹਾਡੀ ਸੇਵਾ 'ਚ ਰਹੂੰਗਾ। ਇਸ ਕੰਮ 'ਚੋਂ ਹਰਾਮ ਹੈ ਜੇਕਰ ਰੁਪਈਆ ਵੀ ਕਦੇ ਖਾਵਾਂ, ਕਿਉਂਕਿ ਮੈਂ ਦੇਣਾ ਕਿਹਨੂੰ ਹੈ? ਮੈਂ ਤਾਂ ਤੁਹਾਡੇ ਜੋਗੇ ਹੀ ਹਾਂ। ਬਸ ਇੱਕ ਇਹ ਹੈ ਕਿ ਮੈਂ ਘਰੇ ਬਹਿਣਾ, ਕੰਧਾਂ ਨੂੰ ਵੇਖ ਕੇ ਮੇਰਾ ਦਿਨ ਨਹੀਂ ਲੰਘਦੀ, ਮੇਰਾ ਰਾਤ ਨਹੀਂ ਲੰਘਦਾ। ਚਲੋ ਮੈਂ ਤੁਹਾਡੇ 'ਚ ਆ ਜਾਂਦਾ, ਗੱਲੀ ਬਾਤੀ ਮਾੜਾ, ਦਿਨ ਲੰਘ ਜਾਂਦਾ, ਰਾਤ ਲੰਘ ਜਾਂਦੀ ਹੈ, ਦਿਨੇ ਗੇੜਾ ਗੂੜਾ ਦੇ ਕੇ ਥੱਕ ਜਾਂਦਾ, ਜਾ ਕੇ ਨੀਂਦ ਆ ਜਾਂਦੀ ਹੈ, ਨੀਂਦ ਆ ਜਾਂਦੀ ਹੈ, ਸੁਪਨੇ 'ਚ ਆ ਜਾਂਦਾ। ਔਖਾ ਬਹੁਤ ਹੈ, ਜ਼ਿੰਦਗੀ ਕਿਵੇਂ ਰੁਕੀ ਹਾਲੇ ਮੈਨੂੰ ਨਹੀਂ ਪਤਾ, ਪਰ ਕੋਸ਼ਿਸ਼ ਕਰ ਰਿਹਾ ਅਤੇ ਇਹਨੂੰ ਆਪ ਵੱਲੋਂ ਲੋਕਾਂ ਵੱਲੋਂ ਮੈਂ ਵੀ ਤੁਹਾਡੇ 'ਚ ਵਿਚਰਾਂ, ਤੁਹਾਡੇ 'ਚ ਤੁਰਿਆ ਫਿਰਾਂ, ਮੈਨੂੰ ਰੁਝੇਵਾਂ ਮਿਲ ਜੂਗਾ ਇੱਕ। ਕਰਾਂਗੇ ਕੋਈ ਕੋਸ਼ਿਸ਼, ਕਰਾਂਗੇ ਕੋਈ ਚੰਗਾ ਕੰਮ ਵੀ ਹੋਵੇ, ਉਹਦੀ ਆਤਮਾ ਨੂੰ ਵੀ ਸ਼ਾਂਤੀ ਮਿਲੇ। ਜਿਵੇਂ ਕਹਿੰਦਾ ਹੋ ਕੁਛ ਭਾਵ ਗਲਤ ਕਹਿ ਗਿਆ, ਮਾਫ਼ ਕਰਿਓ। ਵਾਹਿਗੁਰੂ।